ਜਿਵੇਂ ਜਿਵੇਂ 2022 ਵਿਧਾਨ ਸਭਾ ਦੀਆਂ ਚੋਣਾਂ ਨੇੜੇ ਆ ਰਹੀਆਂ ਹਨ, ਉਵੇਂ ਉਵੇਂ ਹੀ ਅਲੱਗ ਪਾਰਟੀਆਂ ਦੇ ਪਾਰਟੀ ਵਰਕਰਾਂ ਵੱਲੋਂ ਆਪਣੇ ਆਪਣੇ ਟਿਕਟ ਦੇ ਮਨਪਸੰਦ ਦਾਅਵੇਦਾਰਾਂ ਦੀ ਹਿਮਾਇਤ ਵਿੱਚ ਆਪਣੀ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ। ਉੱਥੇ ਹੀ ਨੰਗਲ ਤੋਂ ਆਮ ਆਦਮੀ ਪਾਰਟੀ ਵਰਕਰਾਂ ਵੱਲੋਂ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦੇ ਹੋਏ ਕਿਹਾ ਕਿ ਸੰਜੀਵ ਰਾਣਾ ਨੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਇਲਾਕੇ ਵਿੱਚ ਲੋਕ ਮੁੱਦੇ ਉਠਾਏ ਅਤੇ ਕੌਂਸਲ ਦੀਆਂ ਚੋਣਾਂ ਵਿੱਚ ਨੁਮਾਇੰਦਗੀ ਕਰਦੇ ਹੋਏ ਆਪ ਦੀ ਟੀਮ ਦਾ ਗਠਨ ਕੀਤਾ। ਉੱਥੇ ਹੀ ਪੂਰਬ ਆਪ ਪਾਰਟੀ ਦੇ ਬਲਾਕ ਪ੍ਰਧਾਨ ਰਾਮ ਕੁਮਾਰ ਨੇ ਕਿਹਾ ਕਿ ਉਹਨਾਂ ਨੂੰ ਪੰਜਾਬ ਪ੍ਰਧਾਨ ਭਗਵੰਤ ਮਾਨ ਵੱਲੋਂ ਬਲਾਕ ਪ੍ਰਧਾਨ ਲਗਾਇਆ ਗਿਆ ਸੀ ਅਤੇ ਹੁਣ ਹਲਕਾ ਇੰਚਾਰਜ ਹਰਜੋਤ ਸਿੰਘ ਬੈਂਸ ਵੱਲੋਂ ਉਹਨਾਂ ਨੂੰ ਬਲਾਕ ਪ੍ਰਧਾਨ ਹਟਾ ਕੇ ਕਿਸੇ ਹੋਰ ਨੂੰ ਬਲਾਕ ਪ੍ਰਧਾਨ ਲਗਾ ਦਿੱਤਾ ਹੈ। ਇਹ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਨੰਗਲ ਤੋਂ ਕੌਂਸਲ ਦੀਆਂ ਚੋਣਾਂ ਲੜ ਚੁੱਕੇ ਆਪ ਦੇ ਉਮੀਦਵਾਰਾਂ ਨੇ ਕਿਹਾ ਕਿ ਕੁਝ ਮਹੀਨੇ ਪਹਿਲਾਂ ਆਏ ਹਰਜੋਤ ਬੈਂਸ ਉਹਨਾਂ ਨੂੰ ਉਮੀਦਵਾਰ ਦੇ ਤੌਰ 'ਤੇ ਮਨਜ਼ੂਰ ਨਹੀਂ ਹੋਵੇਗਾ ਕਿਉਂਕਿ ਹਰਜੋਤ ਬੈਂਸ ਮਾਤਰ 6 ਮਹੀਨੇ ਪਹਿਲਾਂ ਹੀ ਹਲਕੇ ਵਿੱਚ ਆਇਆ ਅਤੇ ਜਦੋਂ ਕਿ ਲੋਕਲ ਆਪ ਪਾਰਟੀ ਦੇ ਵਰਕਰ ਪਹਿਲਾਂ ਤੋਂ ਘਰ ਘਰ ਜਾ ਕੇ ਕੰਮ ਕਰ ਰਹੇ ਹਨ। ਉਹਨਾਂ ਨੇ ਕਿਹਾ ਕਿ ਜੇਕਰ ਹਰਜੋਤ ਬੈਂਸ ਨੂੰ ਪਾਰਟੀ ਟਿਕਟ ਦਿੰਦੀ ਹੈ ਤਾਂ ਉਹ ਇਸਦਾ ਵਿਰੋਧ ਕਰਨਗੇ। ਇਸ ਸਾਰੀ ਤਕਰਾਰ ਤੋਂ ਬਾਅਦ ਸਾਫ਼ ਲੱਗ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹਰਜੋਤ ਬੈਂਸ ਦੀਆਂ ਮੁਸ਼ਕਿਲਾਂ ਹੋਰ ਵਧਣ ਵਾਲੀਆਂ ਨੇ। ਮੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਅਵਿਨਾਸ਼ ਸ਼ਰਮਾ ਦੇ ਨਾਲ ਰਕੇਸ਼ ਰਾਣਾ ਦੀ ਰਿਪੋਰਟ। ਅੱਜ ਅਸੀਂ ਪੂਰਾ ਜਿਹੜਾ ਪਾਰਟੀ ਦੀ ਜਿਹੜੀ ਗਤੀਵਿਧੀਆਂ ਜਿਹੜੀ ਚੱਲ ਰਹੀਆਂ ਅਤੇ ਜਿਹੜਾ ਪਾਰਟੀ ਵੱਲੋਂ ਜਿਹੜੇ ਹਲਕਾ ਇੰਚਾਰਜ ਲਗਾਏ ਗਏ ਹੈ ਅਤੇ ਉਹਨਾਂ ਦੇ ਖਿਲਾਫ਼ ਜਿਹੜਾ ਅਸੀਂ ਵਿਰੋਧ ਕੀਤਾ ਹੈ ਅਤੇ ਇੱਥੇ ਸਾਨੂੰ ਸਿਰਫ ਲੋਕਲ ਕੈਂਡੀਡੇਟ ਚਾਹੀਦਾ ਹੈ ਜੋ ਕਿ ਲੋਕਲ ਕੈਂਡੀਡੇਟ ਸਾਡੇ ਸੰਜੀਵ ਰਾਣਾ ਜੀ ਹੈ। ਜੋ ਸੰਜੀਵ ਰਾਣਾ ਜੀ ਨੇ ਜੋ ਮਿਹਨਤ ਕੀਤੀ ਹੈ, ਸਾਡੇ MC ਇਲੈਕਸ਼ਨ ਵੇਲੇ ਹਰਜੋਤ ਬੈਂਸ ਜੀ ਕਿੱਥੇ ਸੀਗੇ? ਉਸ ਵੇਲੇ ਹਰਜੋਤ ਬੈਂਸ ਜੀ ਜਿਹੜੇ ਨਹੀਂ ਆਏ ਇੱਥੇ, ਇਕੱਲੇ ਇਕੱਲੇ ਜਿਹੜੇ MC ਇਲੈਕਸ਼ਨ ਦੇ ਵਿੱਚ ਸਾਡੇ ਕਈ ਬੰਦਿਆਂ ਨੂੰ ਕਾਲਸ ਆਈਆਂ, ਹਰਾਸਮੈਂਟ ਕੀਤੇ ਦੂਜੀ ਪਾਰਟੀਆਂ ਵੱਲੋਂ, ਜਥੇਬੰਦੀਆਂ ਵੱਲੋਂ ਵੀ ਤੁਸੀਂ MC ਇਲੈਕਸ਼ਨ ਨਾ ਕਰੋ, ਇਹ ਨਾ ਕਰੋ, ਤੁਸੀਂ ਵੀ ਅਸੀਂ ਤੁਹਾਨੂੰ ਦੇਖ ਲਾਂਗੇ। ਮਗਰ ਉਸ ਵੇਲੇ ਸਾਡਾ ਸਾਥ ਦਿੱਤਾ ਸੰਜੀਵ ਰਾਣਾ ਜੀ ਨੇ ਅਤੇ ਅਸੀਂ ਵੀ ਇਹੀ ਚਾਹਾਂਗੇ ਜੇ ਪਾਰਟੀ ਅਗਰ ਸਹੀ ਤਰੀਕੇ ਨਾਲ ਚੱਲਦੀ ਹੈ ਤਾਂ ਸੰਜੀਵ ਰਾਣਾ ਜੀ ਨੂੰ ਹੀ ਅੱਗੇ ਟਿਕਟ ਅਨਾਊਂਸਮੈਂਟ ਕਰਨ। ਹਰਜੋਤ ਬੈਂਸ ਜੀ ਪਰ ਉਹ ਹਲਕਾ ਚੱਲ ਲੱਗੇ ਤੋਂ ਕਾਫੀ ਟਾਈਮ ਹੋ ਗਿਆ, ਅੱਜ ਵਿਰੋਧ ਉਹਨਾਂ ਦਾ ਕਾਫੀ ਚਿਰਾਂ ਤੋਂ ਚੱਲ ਰਿਹਾ ਜੀ, ਮਗਰ ਅਸੀਂ ਸਾਇਲੈਂਟ ਸੀਗੇ ਵੀ ਪਾਰਟੀ ਹੈ ਵੀ ਆਪਣੇ ਜਿਹੜੇ ਫੈਸਲੇ ਪਰ ਸਹੀ ਉਤਰ ਜਾਵੇ, ਮਗਰ ਜਦੋਂ ਪਾਣੀ ਸਿਰ ਪਰੋਂ ਲੰਘ ਜਾਂਦਾ ਤਾਂ ਇਸ ਤਰੀਕੇ ਦੇ ਸਾਨੂੰ ਪ੍ਰੋਗਰਾਮ ਚੱਕਣੇ ਪੈਂਦੇ ਆ। ਜੇ ਨਹੀਂ ਹੁੰਦੀ ਹੈ ਜਾਂ ਹਰਜੋਤ ਬੈਂਸ ਟਿਕਟ ਦਿੰਦੀ ਹੈ, ਤੁਹਾਡਾ ਅਗਲਾ ਕੋਰਸ ਆਫ ਐਕਸ਼ਨ ਕੀ ਹੋਊਗਾ? ਪਾਰਟੀ ਪਹਿਲੀ ਗੱਲ ਤਾਂ ਹੈ, ਅਗਰ ਜੇ ਵਰਕਰਾਂ ਦੀ ਸੁਣਾਈ ਕਰਦੀ ਹੈ, ਜੇ ਅਸੀਂ ਜਦੋਂ ਵਰਕਰ ਜਿਹੜੇ ਅਸੀਂ ਉਹਨਾਂ ਦੇ ਪਾਰਟੀ ਦੇ ਆ, ਜੇ ਅਗਰ ਪਾਰਟੀ ਚਾਹੁੰਦੀ ਹੈ ਵੀ ਅਸੀਂ ਵਰਕਰਾਂ ਨੂੰ ਨਾਲ ਲੈ ਕੇ ਚੱਲੀਏ ਤਾਂ ਪਾਰਟੀ ਇਹੋ ਜਿਹਾ ਫੈਸਲਾ ਕਦੀ ਵੀ ਨਹੀਂ ਲਏਗੀ। ਉਹ ਜਿਹੜੇ ਵਰਕਰਾਂ ਦੀ ਸੁਣਾਈ ਜ਼ਰੂਰ ਗਈ ਕਿਉਂਕਿ ਪਿੰਡ ਪਿੰਡ ਦੇ ਵਿੱਚ ਅਸੀਂ ਘੁੰਮਣਾ, ਅਸੀਂ ਲੋਕਾਂ ਤੋਂ ਵੋਟਾਂ ਮੰਗਣੀਆਂ। ਅਗਰ ਜੇ ਪਾਰਟੀ ਅਗਰ ਜੇ ਫਿਰ ਵੀ ਸਾਡੇ ਤੋਂ ਵਿਰੁੱਧ ਚੱਲਦੀ ਹੈ ਤਾਂ ਅਸੀਂ ਵੀ ਪਾਰਟੀ 'ਤੇ ਚੱਲਾਂਗੇ। ਹਲਕਾ ਇੰਚਾਰਜ ਦੇ ਵਿਰੋਧ ਵਿੱਚ ਕੀਤੀ ਗਈ ਹੈ ਕਿਉਂਕਿ ਜਿੰਨੀ ਸਾਡੀ ਇੱਥੇ MC ਦੀ ਟੀਮ ਬੈਠੀ ਹੈ ਸਾਰੇ ਇਹੀ ਚਾਹੁੰਦੇ ਆ ਕਿ ਲੋਕਲ ਬੰਦੇ ਨੂੰ ਟਿਕਟ ਮਿਲੇ ਕਿਉਂਕਿ 4 ਮਹੀਨੇ ਤੋਂ ਆਏ ਆ ਹਲਕਾ ਇੰਚਾਰਜ, ਸਾਡੇ ਪੈਰਾਸ਼ੂਟਾਂ ਜਿਹੜੇ ਕੈਂਡੀਡੇਟ ਉਤਾਰੇ ਆ ਸਾਨੂੰ ਮਨਜ਼ੂਰ ਨਹੀਂ ਹੈ ਕਿਉਂਕਿ MC ਦੇ ਇਲੈਕਸ਼ਨਾਂ ਵਿੱਚ ਵੀ ਸੰਜੀਵ ਰਾਣਾ ਜੀ ਨੇ ਸਭ ਦੀ ਮਦਦ ਕੀਤੀ ਹੈ, ਕੋਈ ਇਸ ਤਰ੍ਹਾਂ ਦਾ ਉਹ ਨਹੀਂ ਸੀ ਕਿ ਕਿਸੇ ਨੂੰ ਉਹਨਾਂ ਨੇ ਮਨ੍ਹਾ ਕੀਤਾ ਹੋਵੇ। ਹਰ ਪਿੰਡ ਵਿੱਚ, ਹਰ ਵਾਰਡ ਵਿੱਚ ਅਸੀਂ ਗਰਾਊਂਡ ਲੈਵਲ 'ਤੇ ਕੰਮ ਕਰਦੇ ਹਾਂ, ਉੱਥੋਂ ਇੱਕੋ ਹੀ ਆਵਾਜ਼ ਆਉਂਦੀ ਹੈ ਵੀ ਲੋਕਲ ਬੰਦੇ ਨੂੰ ਅਗਰ ਟਿਕਟ ਮਿਲੇਗੀ ਤਾਂ ਅਸੀਂ ਆਪ ਪਾਰਟੀ ਦੇ ਨਾਲ ਹਾਂ ਕਿ ਅਗਰ ਕੋਈ ਬਾਹਰਲਾ ਕੈਂਡੀਡੇਟ ਆਉਂਦਾ ਹੈ ਫਿਰ ਅਸੀਂ ਵੋਟਾਂ ਨਹੀਂ ਪਾਉਣੀਆਂ। ਸਰ ਅਗਰ ਲੋਕਲ ਸੀ ਫਿਰ MC ਇਲੈਕਸ਼ਨਾਂ 'ਚ ਕਿੱਥੇ ਸੀਗੇ? 4 ਮਹੀਨੇ ਪਹਿਲੇ ਉਹ ਆਏ ਹੈ, ਜਦੋਂ ਅਗਰ ਉਹਨਾਂ ਨੇ ਸਾਹਨੇਵਾਲ ਵਿੱਚ ਕੰਮ ਕੀਤਾ ਹੈ, ਉਹ ਸਾਹਨੇਵਾਲ 'ਤੇ ਰਹੇ, ਉਹਨਾਂ ਦੀ ਪਰਵਰਿਸ਼ ਉੱਥੋਂ ਹੋਈ ਹੈ। ਅਗਰ ਉਹ ਸਾਹਨੇਵਾਲ ਤੋਂ ਸੀ, ਅਗਰ ਉੱਥੇ ਉਹਨਾਂ ਨੇ ਕੰਮ ਕੀਤਾ ਫਿਰ ਉਹਨਾਂ ਨੂੰ ਇੱਥੇ ਆਉਣ ਦੀ ਜ਼ਰੂਰਤ ਹੀ ਨਹੀਂ ਸੀ, ਅਗਰ ਉੱਥੇ ਦੇ ਲੋਕਾਂ ਨੂੰ ਉਹਨਾਂ ਨੇ ਕਿਸ ਭਰੋਸੇ ਛੱਡਿਆ? ਤੁਹਾਡਾ ਕਹਿਣ ਦਾ ਮਤਲਬ ਕਿ ਹਰ 5 ਸਾਲ ਬਾਅਦ ਉਹਦੀ ਲੋਕਲ ਲੋਕੈਲਿਟੀ ਬਦਲ ਜਾਂਦੀ ਹੈ? ਹਾਂਜੀ ਬਿਲਕੁਲ, ਅਸੀਂ ਇਹੀ ਚਾਹੁੰਦੇ ਹਾਂ ਵੀ ਜਿਹੜੇ ਵੀ ਸਾਡੇ ਇੱਥੇ ਹੈਗੇ ਲੋਕਲ ਕੈਂਡੀਡੇਟ ਨੂੰ ਟਿਕਟ ਮਿਲੇ। ਤਾਂ ਇਹ ਮਸਲਾ ਸਾਡਾ ਸੀਗਾ ਜੀ ਵੀ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਵੀ ਅਸੀਂ ਬਿਜਲੀ ਗਰੰਟੀ ਦੇ ਵਿੱਚ ਜਿੰਨਾ ਅਸੀਂ ਕੰਮ ਕੀਤਾ ਉਨਾ ਕਿਸੇ ਨੇ ਨਹੀਂ ਕੀਤਾ। ਜਿਹੜੀ ਇੱਥੇ ਸਾਰੀ ਟੀਮ ਬੈਠੀ ਹੈਗੀ ਹੈ ਇਹਨਾਂ ਨੇ ਦਿਨ ਰਾਤ ਇੱਕ ਕੀਤਾ, ਚਾਹੇ MC ਸੀਗੇ, ਚਾਹੇ ਸੰਜੀਵ ਗੌਤਮ ਜੀ ਸੀਗੇ, ਚਾਹੇ ਸੰਜੀਵ ਰਾਣਾ ਜੀ ਸੀਗੇ। ਮੈਂ 33 ਪਿੰਡਾਂ ਦੀਆਂ ਕਮੇਟੀਆਂ ਬਣਾਈਆਂ, 19 ਵਾਰਡਾਂ ਦੀਆਂ ਕਮੇਟੀਆਂ ਬਣਾਈਆਂ, ਉਹਦੇ ਬਾਵਜੂਦ ਵੀ ਮੈਨੂੰ ਇਹਨਾਂ ਨੇ ਬਲਾਕ ਪ੍ਰਧਾਨ ਤੋਂ ਹਟਾ ਦਿੱਤਾ, ਹਟਾ ਕੇ ਸਤੀਸ਼ ਚੋਪੜਾ ਜੀ ਨੂੰ ਬਣਾ ਦਿੱਤਾ।
जिहड़े कि असी एम सी दे इलैक्शन मैं लड़े सारे 19-12 च लड़ाए ने असी इलैक्शन असी सारे ने पूरी मेहनत की। लेकिन इन्हों का मेन मकसद यह है कि भी यह बंदा संजीव गौतम का है, यह बंदा संजीव राणा का है। लेकिन मैं ये कहना कि असी आम आदमी पार्टी के वलंटियर हैं, सारे आम आदमी पार्टी के बंदे है। लेकिन यह वितकरे करके ये पार्टी ये बंदे नुकसान पहुँचा रहे हैं। यू हटाता उन्होंने बनाता ये बिल्कुल असी बर्दाश्त नहीं करा। असी तो यह चाहते हैं कि जोड़ा इतने कैंडीडेट होकल हो संजीव राणा जी होवे, संजीव गौतम जी होवे। गौतम जी ने तो कहता कि तुम जिन्हों मर्जी संजीव राणा जी ने दे दौ टिकट, मैं कोई इतराज है नहीं गा। लेकिन कहने का तो मतलब यह है साढ़े को दो लोकल कैंडीडेट है या होर भी जोड़ा लोकल कैंडीडेट उन्होंने टिकट मिल जाए कोई गल नहीं हैगी। लेकिन जी मेहनत संजीव राणा जी ने की हैगी इतने अपने पांच छे दफ्तर चलाए, उन्होंने अपने इन्होंने वर्कर रखे को पैसे खर्चे ने। लेकिन संजीव राणे वर्गी मेहनत जी है वो किसी ने नहीं की हैगी। और असं चाहते हैं भी जोड़ा कैंडीडेट साढ़ा लोकल हो, पार्टी चाहिए है कि लोकल कैंडीडेट को दे। जे पैराशूट के राही कोई भी उत्तों उतारिया जाऊगा तो पार्टी नुकसान पहुँचेगा। अज जी प्रेस कॉन्फ्रेंस की है ये देखो जे पार्टी ये गलत काम करेगी पैराशूट ने आऊगी तो वह नुकसान पार्टी ने। तुसी ब्लॉक प्रधान से? हाँ जी, नहीं किया गया, बल्कि मैनू तो भगवंत मान ने बनाया, ये मैनू बेदखल कर ही नहीं सकता प्रधान जी। जो लैटर लैटर कोई नहीं दिता, जबकि इंचार्ज लैवल से थोड़ा हटाया गया? हाँ, हल्का इंचार्ज ने हटाया, जबकि ये कोई पावर नहीं है कि यह ब्लॉक प्रधान बनावे। थोड़ी जी टर्म होंगी है ब्लॉक प्रधान की, कितने टाइम की होंगी है? ये तो कई तो काफ़ी देर तो चले आ रहे हैं, 3-3 साल तो चले। तीन साल की टर्म होंगी है, 2 साल की होंगी है, साल की होंगी है? मैक्सीमम 3 साल की है। 3 साल तो पहला किसी गलती का कट सकते हैं, पर थोड़ी बहुत कोई मेरी पार्टी विरोधी गतिविधि? कोई गतिविधि नहीं, कोई मेरी गलती नहीं, कोई कुछ नहीं। और जिन्ना काम मैं ब्लॉक प्रधान के होने के नाते किया साढ़े 12 चो किसी ने भी नहीं किया। 12 ब्लॉक प्रधान साढ़े जिले के, जिन्ना काम मैं किया किसी ने इन्ना काम नहीं किया। हरजोत बैंस जी अपने आप को एज ए कैंडीडेट फ्लोट कर रहे हैं इलाके में। हाँ जी, जे कल पार्टी उन्होंने उस गलते मोहर लाँदी और टिकट सारी थोड़ी टीम उसका विरोध करेगी या नाल जाऊगी पार्टी के फैसले के नाल जाऊगी? देखो गल है, पार्टी को पहले तो असी इतने तक पहुँचने ही नहीं देना है कि वह अपने इन्हों टिकट देन। असं तो यह चाहेंगे भी साढ़े लोकल बंद टिकट दे दौ, हाले भी समय कि वह साढ़े लोकल बंद टिकट देन। जे इसी तरह वातावरण हरजोत बैंस जी करे कि इन्हू हटाता उन्होंने बनाता वो पार्टी नुकसान पहुँचेगा।